82 ਦੀ ਉਮਰ ਤੇ ਜੋਸ਼ 28 ਸਾਲ ਦੇ ਨੌਜਵਾਨ ਵਰਗਾ ਪੁਰਾਣੀਆਂ ਖੁਰਾਕਾਂ ਨੇ ਕਰਾਈ ਬੱਲੇ ਬੱਲੇ ਡੇਲੀ ਪੋਸਟ ਪੰਜਾਬੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ ਅੱਜ ਅਸੀਂ ਮੌਜੂਦ ਹਾਂ ਮੁਗਰ ਨੇੜਲੇ ਪਿੰਡ ਧੱਲੇਕੇ ਦੇ ਵਿੱਚ ਸਾਡੀ ਆਮ ਤੌਰ ਤੇ ਇਹ ਕੋਸ਼ਿਸ਼ ਰਹਿੰਦੀ ਹੈ ਕਿ ਕੁਝ ਨਵਾਂ ਤੁਹਾਡੇ ਲਈ ਲੈ ਕੇ ਆਂਦਾ ਜਾਵੇ ਔਰ ਜਿਸ ਸ਼ਖਸ ਨੂੰ ਤੁਹਾਡੇ ਰੂਬਰੂ ਕਰਾਉਨੇ ਆ ਉਹ ਸਾਡੇ ਸਮਾਜ ਦੇ ਵਿੱਚ ਇੱਕ ਚੰਗਾ ਸਥਾਨ ਰੱਖਦਾ ਹੋਵੇ ਸਾਡੀ ਜ਼ਿੰਦਗੀ ਦੇ ਉੱਤੇ ਵੀ ਪ੍ਰਭਾਵ ਪਾਉਂਦਾ ਹੋਵੇ ਉਹਦੀ ਜ਼ਿੰਦਗੀ ਤੋਂ ਸਾਨੂੰ ਕੋਈ ਸੇਧ ਮਿਲਦੀ ਹੋਵੇ ਮੌਜੂਦਾ ਸਮੇਂ ਦੇ ਵਿੱਚ ਤਰੱਕੀ ਬਹੁਤ ਹੋਈ ਹੈ ਮਹਿੰਗੇ ਫੋਨ ਆ ਗਏ ਨੇ ਮਹਿੰਗੀਆਂ ਗੱਡੀਆਂ ਆ ਗਈਆਂ ਨੇ ਇਹ ਸਭ ਦੇ ਵਿੱਚ ਜੇ ਕੋਈ ਜ ਸਫਰ ਹੋਇਆ ਤਾਂ ਇਨਸਾਨ ਦੀ ਸਿਹਤ ਨੇ ਬਹੁਤ ਜ਼ਿਆਦਾ ਸਫਰ ਕੀਤਾ ਔਰ ਬਹੁਤ ਜ਼ਿਆਦਾ ਨਿਗਾਹ ਆਇਆ ਹੈ ਇਨਸਾਨੀ ਸਿਹਤ ਦੇ ਵਿੱਚ ਪਰ ਅੱਜ ਵੀ ਸਾਡੇ ਨਾਲ ਕੁਝ ਸਮਾਜ ਦੇ ਵਿੱਚ ਅਜਿਹੇ ਲੋਕ ਰਹਿੰਦੇ ਨੇ ਅਜਿਹੇ ਕਿਰਦਾਰ ਨੇ ਜਿਨ੍ਹਾਂ ਦੀ ਸਿਹਤ ਬਹੁਤ ਵਧੀਆ ਹੈ ਤੇ ਜਿਹੜੇ ਆਉਣ ਵਾਲੀ ਨਸਲ ਹੈ ਉਹਨਾਂ ਦੇ ਲਈ ਇੱਕ ਚਾਨਣ ਮਨਾਰਾ ਨੇ ਕਬੱਡੀ ਦੀ ਜਦੋਂ ਗੱਲ ਕਰਦੇ ਆਂ ਕਈ ਪਲੇਅਰਾਂ ਦੇ ਨਾਮ ਸਾਹਮਣੇ ਆ ਜਾਂਦੇ ਨੇ ਬਾਜਾਖਾਨਾ ਦਾ ਨਾਮ ਬਹੁਤ ਜ਼ਿਆਦਾ ਸ਼ਿੱਦਤ ਨਾਲ ਲਿਆ ਜਾਂਦਾ ਹੈ ਔਰ ਕਈ ਹੋਰ ਖਿਡਾਰੀ ਹੈਗੇ ਨੇ ਜਿਨ੍ਹਾਂ ਦੇ ਵਿੱਚ ਬਾਜੀ ਝੰਡਾ ਵਾਲੇ ਦੀ ਗੱਲ ਆ ਜਾਂਦੀ ਹੈ ਜੇ ਪੁਰਾਣੇ ਖਿਡਾਰੀਆਂ ਦੀ ਗੱਲ ਕਰੀ ਤਾਂ ਉਹਨਾਂ ਦੇ ਵਿੱਚ ਸਾਡੇ ਨਾਲ ਮਹਿਤਾ ਦੱਲੇਕੇ ਵਾਲੇ ਦੇ ਨਾਮ ਨਾਲ ਬਹੁਤ ਮਸ਼ਹੂਰ ਸੀ ਮਹਿ ਸਿੰਘ ਦੇ ਸਾਡੇ ਨਾਲ ਮੌਜੂਦ ਨੇ ਬਾਬਾ ਜੀ ਔਰ ਖਾਸ ਗੱਲ ਇਹ ਹੈ ਕਿ 82 ਸਾਲ ਦੀ ਉਮਰ ਹੈ ਬਾਬਾ ਜੀ ਦੀ ਔਰ ਹੁਣ ਵੀ ਬਿਲਕੁਲ ਸਹੀ ਨੇ ਔਰ ਹੁਣ ਵੀ ਐਕਸਰਸਾਈਜ਼ ਕਰਦੇ ਨੇ ਤੁਸੀਂ ਇਹਨਾਂ ਨੂੰ ਦੇਖਦੇ ਹੋ ਤਾਂ ਤੁਸੀਂ ਦੇਖਦੇ ਰਹਿ ਜਾਓਗੇ ਇਹਨਾਂ ਦੀ ਸਿਹਤ ਇੰਨੀ ਖਾਸ ਹੈ ਇੱਕ 28 ਸਾਲ ਦੇ ਮੁੰਡੇ ਨੂੰ ਵੀ ਮਾਤ ਪਾਉਂਦੇ ਨੇ ਬਾਬਾ ਜੀ ਸਵਾਗਤ ਹੈ ਤੁਹਾਡਾ ਹਾਂ ਜੀ ਬਾਬਾ ਜੀ ਸਭ ਤੋਂ ਪਹਿਲਾਂ ਤਾਂ ਸਵਾਲ ਇਹ ਹੈ ਕਿ ਸਿਹਤ ਦਾ ਕੀ ਰਾਜ਼ ਆ ਬਹੁਤ ਵਧੀਆ ਤੁਹਾਡੀ ਸਿਹਤ ਆ 82 ਸਾਲ ਦੀ ਉਮਰ ਹੋਗੀ ਪਰ 28 ਸਾਲ ਦੇ ਨੌਜਵਾਨ ਵਰਗਾ ਜੋਸ਼ ਆ ਇਹ ਜੀ ਸਿਹਤ ਨੂੰ ਸੰਭ ਕੇ ਰੱਖਣਾ ਪੈਂਦਾ ਹੂੰ ਤਾਕੇ ਕੋਈ ਨਸ਼ਾ ਨਾ ਗਿਆਦਾ ਹੋਵੇ ਬੰਦਾ ਤੇ ਆਪੇ ਸੇਰ ਠੀਕ ਰਹਿੰਦੀ ਹੈ ਜਿਹੜਾ ਜਾਣਦਾ ਨਸ਼ਾ ਹੈ ਇਹ ਲੈਂਦਾ ਨਹੀਂਗਾ ਦੂਜਾ ਨਸ਼ਾ ਇੱਕ ਟਿਕਾ ਲਾ ਲਓ ਦੋ ਲਾ ਲਓ ਤੇ ਉਹ ਲੈ ਜਾਣਾ ਬਿੰਦ ਨੂੰ ਇਹਨੂੰ ਸਾਰੀ ਦਿਹਾੜੀ ਚਲਾ ਲਓ ਸਰੀਰ ਨੂੰ ਜਦੋਂ ਮਰਜੀ ਤੋਰ ਲਓ ਪਰ ਤਰਿਆ ਰੇਂਦਾ ਬਾਬਾ ਜੀ ਸੇਤ ਤਾਂ ਵਧੀਆ ਦੇਖਦੇ ਆ ਅਸੀਂ ਤੁਸੀਂ ਕੰਮਕਾਰ ਕੀਤਾ ਸੀ ਦੇਖਦੇ ਸੀ ਸੋਨੇ ਤੁਸੀਂ ਪੱਠੇ ਲੈ ਕੇ ਆਪ ਆਏ ਹੋ ਤੁਸੀਂ ਆਪ ਸਾਰੇ ਕੰਮ ਇੱਥੇ ਕਰਦੇ ਹੋ ਕਬੱਡੀ ਦੀਆਂ ਕਿੰਧਾਂ ਦੀਆਂ ਯਾਦਾਂ ਜੁੜੀਆਂ ਤੁਸੀਂ ਸ਼ੁਰੂਆਤੀ ਦੌਰ ਦੇ ਕਬੱਡੀ ਖਿਡਾਰੀ ਰਹੇ ਹੋ ਬਹੁਤ ਮਾਨ ਸਨਮਾਨ ਨੇ ਅਸੀਂ ਦੇਖੇ ਵੀ ਹੈਗੇ ਨੇ ਔਰ ਤੁਸੀਂ ਜੌਬ ਵੀ ਕੀਤੀ ਹੈ ਬਿਜਲੀ ਵਿਭਾਗ ਵਿੱਚ ਰਹੇ ਹੋ ਕਬੱਡੀ ਦੇ ਨਾਲ ਕਿੰਧਾਂ ਦੀਆਂ ਯਾਦਾਂ ਜੁੜੀਆਂ ਨੇ ਵੱਡੇ ਹਾਂ ਜੀ ਕਿਸੇ ਤੋਂ ਡਰਨਾ ਨਹੀਂ ਚਾਹੀਦਾ ਜੇ ਆਪਦੀ ਮਿਹਨਤ ਕੀਤੀ ਹੈ ਕੋਈ ਉਹਨਾਂ ਕਦੇ ਬਹੁਤ ਵੱਡਾ ਤਗੜਾ ਆ ਗਿਆ ਤੇ ਉਹ ਤੋਂ ਡਰ ਜਾ ਆਪਦੀ ਸਿਹਤ ਦਾ ਆਪ ਖਿਆਲ ਰੱਖੋ ਕੋਈ ਤਗੜਾ ਨਹੀਂ ਕੋਈ ਮੜਾ ਨਹੀਂ ਜੇ ਆਪਦੀ ਮਿਹਨਤ ਕੀਤੀ ਆ ਤਾਂ ਹਾਂ ਬਾਕੀ ਜਿਹੜਾ ਮੈਚ ਹੁੰਦਾ ਹੈ ਇਹ ਤਾਂ ਚੱਲਦੇ ਰਹਿੰਦੇ ਛੇਤਰਪੁਰ ਹਾਂਜੀ ਤਗੜੇ ਨੂੰ ਦੇਖ ਕੇ ਜੇ ਮੈਂ ਕਿ ਮੈਂ ਚੱਲ ਯਾਰ ਕੀ ਜਾਣਾ ਤੇ ਉਹ ਫੇਰ ਜਿੱਤੀ ਜਾਣਾ ਉਹਨਾਂ ਨੇ ਜੇ ਉਹਨਾਂ 'ਚ ਲੱਗੋ ਦੇਰ ਰੱਖ ਕੇ ਲੱਗੋ ਤੇ ਆਪੇ ਉਹ ਕਮਜ਼ੋਰ ਹੋ ਜਾਣਗੇ ਹਾਂ ਤੇ ਬਾਬਾ ਜੀ ਉਦੋਂ ਜਦੋਂ ਕਬੱਡੀ ਖੇਡੀ ਜਾਂਦੀ ਸੀਗੀ ਅੱਜ ਦੀ ਕਬੱਡੀ ਦੇ ਵਿੱਚ ਬਹੁਤ ਜ਼ਿਆਦਾ ਸਵਾਲ ਉੱਠਦੇ ਨੇ ਕਈ ਤਰ੍ਹਾਂ ਦੇ ਕਿ ਜਿਹੜੇ ਖਿਡਾਰੀ ਨੇ ਉਹ ਟੀਕੇ ਲਾ ਕੇ ਜਾਂ ਬਾਮ ਲਾ ਕੇ ਜਾਂ ਹੋਰ ਤਰ੍ਹਾਂ ਦੇ ਨਸ਼ੇ ਦਾ ਸੇਵਨ ਕਰਦੇ ਨੇ ਆਪਣੇ metabolisim ਨੂੰ ਹੋਰ ਤੇਜ਼ ਕਰਨ ਦੇ ਲਈ ਆਪਣੇ ਜਿਹੜੀ ਰਫਤਾਰ ਆ ਉਹਨੂੰ ਵਧਾਉਣ ਦੇ ਲਈ ਮੈਂ ਜੀ ਕਿਰਾ ਕਬਾਲਪੁਰ ਮੈਚ ਖੇਡਿਆ ਰਾਏਕੋਟ ਨਾ ਆਈ ਸੀ ਜਦੋਂ ਮੈਂ ਕੱਪੜੇ ਲਾਏ ਤੇ ਸਰੀਰ ਮੇਰਾ ਚਮਕੇ ਉਹ ਕਹਿੰਦੇ ਵੀ ਤੇਰੇ ਤੇਲ ਮਲਿਆ ਮੈਂ ਉਹਨਾਂ ਨੂੰ ਬਨੈਣ ਫੜਾਤੀ ਵੀ ਸਵਾਰ ਕੇ ਪੁੰਝੋ ਉਹ 25 ਤੇ ਗਏ ਉਹ ਸਦਿਆ ਕਰਨਾ ਪੰਦੀਆਂ ਸੂਰਜਾਂ ਸਰੀਰ ਤੇ ਚਮਕੇ ਕਹਿੰਦੇ ਤੇਰੇ ਤੇਲ ਮੜਿਆ ਮੈਂ ਕਿਹਾ ਜੇ ਤੁਹਾਨੂੰ ਬਨੈਣ ਫੜਾਈ ਆ ਤੁਸੀਂ ਪੁੰਝੋ ਉਹ ਕਹਿੰਦੇ ਅਸੀਂ ਨਹੀਂ ਖੇਡਣਾ ਮੈਂ ਕਿਹਾ ਜੇ ਮੈਂ ਕੌਡੀਆਂ ਨਾ ਵਾਂ ਫੇਰ ਤਾਂ ਖੇਡੋਗੇ ਮੈਂ ਵਾਕੇ ਮਿੱਟੀ 'ਚ ਫੇਲਾ ਗਿਆ ਤੇ ਅਸੀਂ ਜਫੇ ਮਾਰ ਕੇ ਉਹਨੂੰ ਜਤੇ ਆਏ ਦੋਈ ਪਾਸੇ ਚੱਲਣਾ ਚਾਹੀਦਾ ਐਉਂ ਨਹੀਂ ਵੀ ਨਸ਼ਾ ਖਾ ਕੇ ਚੱਲੋ ਬਿੰਦਕ ਲਾਇਆ ਜੋਰ ਉਹ ਲੈ ਗਿਆ ਤੇ ਮੁੜ ਕੇ ਫੇਰ ਬਹਿ ਗਏ ਜਿਹੜਾ ਜਾਨਦਾਰਾ ਸਾਬ ਬੈਂਦਾ ਨਹੀਂਗਾ ਬਿਲਕੁਲ ਬੈਂਦਾ ਨਹੀਂ ਆ ਆਪਣੇ ਸਮਕਾਲੀ ਜਿਹੜੇ ਤੁਹਾਡੇ ਖਿਡਾਰੀ ਹੋਏ ਨੇ ਉਹਨਾਂ ਦੇ ਨਾਲ ਕਿੰਦਾਂ ਦੀਆਂ ਯਾਦਾਂ ਜੁੜੀਆਂ ਨੇ ਕਿਵੇਂ ਦੇ ਸੀਗੇ ਉਦੋਂ ਜੁੱਸੇ ਸਰੀਰ ਕਿਵੇਂ ਦੇ ਸੀਗੇ ਸਰੀਰ ਉਦੋਂ ਸਾਹਮ ਕੇ ਰੱਖਦੇ ਸੀ ਸਰੀਰ ਜੀ ਕੋਈ ਨਸ਼ਾ ਨਹੀਂ ਸੀ ਕੋਸ ਨਹੀਂ ਸੀਗਾ ਤੇ ਇੱਕ ਦੂਏ ਤੋਂ ਚੜ ਕੇ ਵੀ ਉਹ ਮੇਰੇ ਨਾਲੋਂ ਤਗੜਾ ਹੋ ਜੇ ਉਹ ਮੇਰੇ ਨਾਲੋਂ ਤਗੜਾ ਹੋ ਜੇ ਹੁਣ ਮੈਨੂੰ ਕਈਆਂ ਨੇ ਕਿਹਾ ਨਾ ਆਵੇ ਤਾਂ ਚੰਗਾ ਹੀ ਆ ਹਾਂਜੀ ਤੇ ਫਿਰ ਉੱਥੇ ਜਾਵੜਨਾ ਅਸੀਂ ਤਖਤਪੁਰੇ ਜਾਦੇ ਤੇ ਛੜਕ ਮੰਡੀ ਤੇ ਖੇਡਦੇ ਹੁੰਦੇ ਸੀਗੇ ਕਿ ਰਾ ਇਨਸਪੈਕਟਰ ਕਰਤਾਰ ਸਿੰਘ ਮੇਰਾ ਨਾਮ ਮੁੰਡਾ ਕੋਈ ਨਹੀਂ ਸੀ ਤੇ ਦੂਜੀ ਟੀਮ ਤਕੜੀ ਮੈਨੂੰ ਕਹਿੰਦਾ ਮੈਂ ਤਾ ਖੇਡਣਾ ਤੇ ਮੈਂ ਕਿਹਾ ਜੀ ਤੁਸੀਂ ਕੀ ਵੇਖੋਗੇ ਮੈਂ ਕਿਹਾ ਮੈਨੂੰ ਪਤਾ ਹਰ ਜਾਣਾ ਮੈਂ ਤੇ ਸਾਨੂੰ ਛਿੱਤਰ ਸੰਦੀ ਉਹਨੂੰ ਵੇਖੇ ਅਸੀਂ ਭਾਈ ਖੇਡੇ ਤੇ ਚਲੋ ਮੈਂ ਹਾਰ ਗਿਆ ਅਗਲੀ ਮੰਡੀ ਫੇਰ ਆ ਗਈ ਫਿਰ ਮੈਂ ਆਪਦਾ ਸੈਟ ਲੈ ਗਿਆ ਤੇ ਫਿਰ ਸਵਾਰ ਕੇ ਕੁੱਟੇ ਹੋਈ ਬਸ ਇੱਕ ਤੁਸੀਂ ਇਹ ਹੁਣੇ ਗੱਲ ਕਰ ਰਹੇ ਸਾਡੇ ਨਾਲ ਜਿਹੜਾ ਗੁਰਦਾਸਪੁਰੀਆਂ ਨਾਲ ਤੁਹਾਡਾ ਮੈਚ ਹੋਇਆ ਸੀ ਤੁਸੀਂ ਕਹ ਬੜੀ ਬੜਾ ਖਾਸ ਮੈਚ ਸੀਗਾ ਮੁੰਡੇ ਬੜੇ ਅੜਬੜੇ ਜੇ ਸੀਗੇ ਹਾਂ ਜੀ ਉਹ ਕ ਸੀਗਾ ਉਥੋਂ ਦਾ ਗੁਰਦਾਸਪੁਰ ਦਾ ਤੇ ਉਹ ਮੁੰਡਾ ਮੈਨੂੰ ਜਦੋਂ ਅਸੀਂ ਸਟੇਟ ਤੇ ਗਏ ਉਥੇ ਟਰਨਮੈਂਟ ਚ ਝੰਡਾ ਮਾਰਚ ਹੋਈ ਤੇ ਸਾਨੂੰ ਕਹਿੰਦੇ ਵੀ ਉਹ ਮੁੰਡਾ ਬਹੁਤ ਤਕੜਾ ਜਾਫੀ ਆ ਤੇ ਆਪਣਾ ਇੱਕ ਮੁੰਡਾ ਨਹੀਂ ਭਜਨ ਦੇਣਾ ਚਲੋ ਸੁਣ ਲਿਆ ਮੈਂ ਕਿਹਾ ਜੀ ਹਸ ਨੇ ਤਕੜਾ ਮਿਲ ਗਿਆ ਸਟੇਡੀਅਮ ਚ ਗਏ ਬਾਹੂ ਸੀ ਰਸੇ ਵਾਲੇ ਪਹਿਲਾਂ ਤਾਂ ਕਹਿੰਦੇ ਬਾਹੂ ਪੰਗੜੇ ਵਾਲੇ ਜੇ ਅਸੀਂ ਅੱਖਾਂ ਨਹੀਂ ਕੌਡੀ ਵਾਲੇ ਤੇ ਮੈਚ ਕਿਹਦਾ ਨਾਮ ਐ ਗੁਰਦਾਸਪੁਰ ਨਾ ਕਹਿੰਦਾ ਉਹ ਤਾਂ ਵੱਡਾ ਉੱਤਰਾ ਜੇ ਅਛਾ ਜਦੋਂ ਰੇਡ ਕਰਨ ਲੱਗਾ ਮੈਂ ਇੱਕ ਲੰਘ ਪਾੜੇ ਤੋਂ ਗਾ ਵੱਟ ਲਈ ਤੇ ਰੈਫਰੀ ਕੰਦਾ ਆਪਦੇ ਇੱਕ ਪਾੜੇ ਕੋਡੀ ਕਹ ਕੇ ਫੇਰ ਤੁਰ ਮੈਂ ਕਿਹਾ ਉਧਰ ਵੀ ਛੇਤਰ ਚੀ ਹੋਣਾ ਤੇ ਇਹ ਵੀ ਮੈਂ ਭੱਜਿਆ ਸਾਹ ਇੱਕ ਪਾਸੇ ਕੋ ਲੈ ਲਿਆ ਇਸ ਟਾਈਮ ਨਾਲ ਬਹੁਤ ਸੀ ਮੇਰਾ ਤੇ ਮੈਂ ਦੋ ਵਾਰੀ ਆਇਆ ਕੀਤਾ ਤੀਜੀ ਵਾਰ ਮੈਂ ਕਰਨ ਲੱਗਾ ਤੇ ਆਹ ਮਾਰੀ ਮੇਰੀ ਤਾਂ ਹਾਂ ਤੇ ਚਲੋ ਜੀ ਮੈਂ ਵੀ ਠੋਕਦੀਆਂ ਫੇਰ ਕੋਡ ਦਾ ਕੋਡ ਦਾ ਪਾੜੇ ਤੇ ਆ ਗਿਆ ਉਹ ਮੈਨੂੰ ਦੇਖ ਕੇ ਲੁਕੜਨਾ ਪਿਆ ਮੈਂ ਰੁਕਾਈ ਨਹੀਂ ਮੈਂ ਇੱਕ ਜਫਾ ਲੱਗਾ ਸਾਰ ਕਿਤੇ ਕਹਿੰਦੇ ਭੱਜਣ ਨਹੀਂ ਦੇਣਾ ਨੇ ਤੇ ਬਾਬਾ ਜੀ ਕਿਸ ਤਰ੍ਹਾਂ ਦੀ ਤੁਹਾਡੀ ਖੁਰਾਕ ਹੈ ਤੇ ਉਦੋਂ ਕਿਵੇਂ ਕਿੰਨੀ ਕੁ ਖੁਰਾਕ ਲੈਂਦੇ ਤੁਸੀਂ ਉਦੋਂ ਤਾਂ ਜੇ ਜਨਾ ਖਾਓ ਮੈਂ ਪੀ ਜਾਂਦਾ ਸੀ ਉਹ ਨਹੀਂ ਹਾਜ਼ਮ ਕਰ ਜਾਂਦਾ ਸੀ ਕਿਉਂ ਜੇ ਪਾਇਆ ਖਾਓ ਨਾ ਖੁਰਾਕ ਤੇ ਅੱਧੇ ਕਿਲੋ ਦੀ ਮਿਹਨਤ ਕਰੋ ਫਿਰ ਉਹ ਹਾਜ਼ਮ ਹੁੰਦੀ ਹੈ ਤੇ ਮੈਨੂੰ ਮੇਰੀ ਆਦਤ ਜੀ ਖਾਣ ਪੀਣ ਦੀ ਬਹੁਤ ਤੇ ਮੈਂ ਤਾਂ ਸਾਰੀ ਦਿਹਾੜੀ ਸਿਰੇ ਨੂੰ ਟਿਕਦਾ ਰਾਤ ਮੈਂ ਸਿਰਗੋ ਨੂੰ ਹੱਥ ਪਾ ਕੇ ਰਜਾਈ ਢੂਈ ਤੇ ਸੱਟ ਲੈਣੀ ਤੇ ਡੰਡ ਲਾਈ ਜਾਣ ਜਦੋਂ ਜਾਗ ਆ ਜੇਣੀ ਉਦੋਂ ਕਿ ਮੇਰਾ ਭਰਾ ਮ ਕੋਲੇ ਪਿਆ ਮੈਨੂੰ ਤਾਂ ਸਾਰੀ ਰਾ ਟੈਗਦਾ ਨਹੀਂ ਮੈਨੂੰ ਚਾਹ ਉਹ ਸੀਗਾ ਵੀ ਸਰੀਰ ਬਣਾਈ ਰੱਖੀਏ ਹਾਂ ਹਾਂਜੀ ਬਾਬਾ ਜੀ 82 ਸਾਲ ਦੀ ਉਮਰ ਹੋ ਗਈ ਅੱਖਾਂ ਦੀ ਰੋਸ਼ਨੀ ਸਹੀ ਆ ਸਰੀਰ ਤੁਹਾਡਾ ਸਹੀ ਪਿਆ ਵਾ ਅੱਖਾਂ ਠੀਕ ਆ ਮੈਂ ਨਤਨੇਵ ਕਰਦਾ ਬਿਨਾਂ ਐਨਕਾ ਤੋਂ ਕਰ ਲੈਣਾ ਬਿਨਾਂ ਐਨਕਾ ਤੋਂ ਨਤਨੇਵ ਕਰ ਲੈਨੇ ਆ ਤੇ ਹੁਣ ਬਾਬਾ ਜੀ ਵਰਜਿਸ ਦਾ ਕੀ ਕੀ ਵਰਜਿਸ ਕਰਦੇ ਹੋ ਸਰੀਰ ਕੋਈ ਪੱਠੇ-ਪੁੱਠੇ ਕੋਰਲੇ ਕਈ ਫੜਲੀ ਆ ਉਹ ਕਰ ਲਿਆ ਉਹ ਕਰਦਾ ਮੈਂ ਬਾਹਾਂ ਦਾ ਜੋੜ ਜ਼ਿਆਦਾ ਲਾਉਣਾ ਕਿਉਂ ਇੱਥੇ ਕੁਲਾ ਕਰੈਕ ਹੋਇਆ ਕਰਕੇ ਇਹ ਮੁੜਦਾ ਨਹੀਂਗਾ ਸਰੀਰ ਹਾਂ ਨਹੀਂ ਤੇ ਦੇ ਮਸਲ ਜੇ ਮੈਂ ਵੀ ਤਿਆਰ ਕਰ ਲੈਣੇ ਸੀ ਜਿਵੇਂ ਉਹ ਲੁਧਿਆਣੇ ਮੈਨੂੰ ਕਹਿੰਦੇ ਸੀਗੇ ਬਈ ਸਾਡੇ ਕੋਲ ਤਿੰਨ ਮਹੀਨੇ ਰਾ ਬਾਡੀ ਬਿਲਡਰ ਬਣ ਜੇਗਾ ਇੱਕ ਪੰਜਾਬ ਦਾ ਨੰਬਰਦਾਰ ਇੱਕ ਨੰਬਰ ਦਾ ਬਾਡੀ ਬਿਲਡਰ ਬਣ ਜੇਗਾ ਤੇ ਮੈਂ ਕਹਾਂ ਨਹੀਂ ਮੇਰਾ ਸਰੀਰ ਕਾਡਾ ਕੀਤਾ ਮੈਂ ਨਰਮ ਨਹੀਂ ਕਹਿੰਦਾ ਇਹਨੂੰ ਅਥਵਾ ਬਬਈ ਤੁਸੀਂ ਇੱਕ ਗੱਲ ਦਸੀ ਆ ਕਹਿੰਦੇ ਕਿ ਇੰਨਾ ਸਰੀਰ ਤੁਹਾਡਾ ਸਖਤ ਸੀਗਾ ਕਿ ਟੀਕੇ ਦੀ ਜਿਹੜਾ ਟੀਕਾ ਲਾਇਆ ਡਾਕਟਰ ਨੇ ਉਹਦੀ ਜਿਹੜੀ ਸਿਰਿੰਜ ਸੀ ਉਹ ਮੁੜ ਗਈ ਸੀ ਹਾਂ ਜੀ ਜਦੋਂ ਮੈਂ ਨਾਲ ਮੇਰੇ ਯਾਰ ਸੀਗਾ ਇੱਕ ਮੇਰੇ ਦੱਦਾਂ ਹੀ ਆ ਹੋ ਗਿਆ ਮੈਂ ਕਹਾਂ ਯਾਰ ਡਾਕਟਰ ਤੋਂ ਟੀਕਾ ਲਵਾਇਆ ਲੇਖ ਰਖ ਡਾਕਟਰ ਰਾਮ ਸਿੰਘ ਜੀ ਹੁੰਦਾ ਸੀ ਮੰਡੀ 'ਚ ਤੇ ਮੈਂ ਕਿਹਾ ਡਾਕਟਰ ਸਾਹਿਬ ਆ ਦੱਦਾ ਹੋ ਗਿਆ ਤੇ ਉਹ ਟੀਕਾ ਪਾ ਲਿਆ ਹੂੰ ਉਹ ਹੁਣ ਇਥੋਂ ਮਸਲ ਬਹੁਤਾ ਕੱਡਾ ਸੀਗਾ ਤੇ ਉਹਦੀ ਸੂਈ ਮੁੜ ਗਈ ਮੈਂ ਕਿਹਾ ਡਾਕਟਰ ਸਾਹਿਬ ਆਏ ਨਹੀਂ ਟੀਕਾ ਲਗਣਾ ਮੈਂ ਬੈੱਡ ਤੇ ਸੜਦਾ ਥੋੜੇ ਮੇਜ ਤੇ ਬਾ ਫੇਰ ਲਗੂ ਟੀਕਾ ਫਿਰ ਉਹ ਆਇ ਸਿੱਟੀ ਤੇ ਫੇਰ ਟੀਕਾ ਲਗਾ ਫੇਰ ਸਰਜਰੀ ਮਾਰਦਾ ਜਾਵੇ ਡਾਕਟਰ ਤੇ ਉਹ ਮੇਰੇ ਨਾਲ ਦਾ ਕਹਿੰਦਾ ਡਾਕਟਰ ਨੂੰ ਪਤਾ ਨਹੀਂ ਸੀ ਪਸ਼ੂ ਦੇ ਟੀਕਾ ਲਾਉਣੇ ਕਿ ਬੰਦੇ ਤੇ ਅਤੇ ਬਾਬਾ ਜੀ ਹੁਣ ਜਿਹੜੇ ਨੌਜਵਾਨ ਨੇ ਆ ਜਿਹੜੇ ਕਬੱਡੀ ਖੇਡਦੇ ਨੇ ਜਾਂ ਨਹੀਂ ਖੇਡਦੇ ਸਿਹਤ ਦੇ ਪੱਖੋਂ ਜਿਹੜੀ ਅੱਜ ਦੀ ਨੌਜਵਾਨੀ ਬਹੁਤ ਜ਼ਿਆਦਾ ਨਿਗਾਰ ਦੇ ਵਿਚਾਰੀਏ ਛੋਟੇ ਛੋਟੇ ਉਮਰ ਦੇ ਵਿੱਚ ਹਾਰਟ ਅਟੈਕ ਹੋਣ ਲੱਗੇ ਹੋਰ ਬਿਮਾਰੀਆਂ ਲੱਗਣ ਲੱਗੀਆਂ ਸ਼ੂਗਰ ਦਾ ਰੋਗ ਬਹੁਤ ਜ਼ਿਆਦਾ ਫੈਲ ਗਿਆ ਜਿਹੜੇ ਛੋਟੇ ਬੱਚੇ ਨੇ ਉਹਨਾਂ ਨੂੰ ਐਨਕਾ ਲੱਗਣ ਲੱਗ ਗਈਆਂ ਕਮੀਆਂ ਕਿੱਥੇ ਮੰਨਦੇ ਹੋ ਖਾਣਾਕ ਤੇ ਵਿੱਚ ਤਾਂ ਕਮੀ ਹੈ ਹੀ ਆ ਸਿੰਥੈਟਿਕ ਫੂਡ ਬਹੁਤ ਜ਼ਿਆਦਾ ਹੋ ਗਿਆ ਔਰ ਤੁਸੀਂ ਕਿਸ ਤਰ੍ਹਾਂ ਸਿਹਤ ਦਿਓਗੇ ਸਰੀਰਕ ਵਰਜਸ਼ ਦੇ ਵੱਲ ਕਿੰਨਾ ਕੁ ਧਿਆਨ ਦੇਣਾ ਚਾਹੀਦਾ ਖਰਾਕ ਜੀ ਖਾਂਦੇ ਨਹੀਂ ਪੂਰੀ ਨਹੀਂ ਖਾਦੀ ਜਾਂਦੀ ਜਵਾਕਾਂ ਤੋਂ ਦੁੱਧ ਦਾ ਗਲਾਸ ਇੱਕ ਪੀਂਦੇ ਵਸਾਂ ਤੇ ਅਸੀਂ ਨਿਰਾਲੇ ਮੈਂ ਮੱਝਾ ਠੋ ਚੁੰਗ ਜਾਂਦਾ ਸੀਗਾ ਤੇ ਘਰਦਿਆਂ ਨੇ ਕਹਿਣਾ ਅੱਜ ਕਾਕਾ ਤੇ ਦੁੱਧ ਥੋੜਾ ਜਿਹਾ ਮੈਂ ਆਖਾ ਮਾਂ ਮੈਂ ਸਦੇ ਆ ਉੱਠ ਖੜਿਆ ਸੀ ਤੇ ਉਹ ਤਾਂ ਮੈਨੇ ਦੁੱਧ ਥੋੜਾ ਜਿਹਾ ਤੇ ਡਗਾਰ ਮਾਰ ਮੈਂ ਚੁੰਗ ਜਾਣਾ ਹਾਂਜੀ ਤੇ ਉਹ ਫੇਰ ਘਟਣਾ ਹੀ ਆ ਦੁੱਧ ਤੇ ਦੂਜੀਆਂ ਬੁੜੀਆਂ ਕਹਿਗਾ ਨਾ ਇਹ ਦੁੱਧ ਨਹੀਂ ਚੁੰਦਾ ਇਹ ਸਾਰੀ ਦਿਹਾੜੀ ਬਚਾਏ ਫੇਰ ਖਰਾ ਖਾਈ ਜਾਂਦੇ ਖਰਾ ਖਾ ਕੇ ਮਿਹਨਤ ਕਰੋ ਫੇਰ ਆਜਵੰਦੀ ਆਏ ਜੇ ਕੋ ਜੀ ਮਿਹਨਤ ਕਰੋ ਜਿੰਨੀ ਮਿਹਨਤ ਕਰੀ ਜਾਂਦੀ ਹੈ ਸਰੀਰ ਨੂੰ ਕੁੱਟੋ ਕੁੱਟੋ ਪਾਣਸ ਫਰੀਆਂ ਹਾਂਜੀ ਮੈਂ ਕਿ ਡੰਡੇ ਫੜ ਲੈਣੇ ਦੋ ਜਦੋਂ ਭਜਣਾ ਇੱਕ ਐ ਪੱਟ ਤੇ ਮਾਰਨਾ ਇੱਕ ਆ ਪੱਟ ਤੇ ਮਾਰਨਾ ਜਿਹੜਾ ਪੱਟ ਮੂਰੇ ਹੁਣ ਉਹਦੇ ਠੋਕ ਜਾਂਦਾ ਸੀ ਮੁੜ ਕੇ ਦੂਜੇ ਤੇ ਮੈਂ ਇੱਕ ਕਿੱਲਾ ਬੈ ਸਾਰੇ ਜੋਰ ਨਾਲ ਭਜਦਾ ਜੀ ਤੇ ਇੱਕ ਕਿੱਲਾ ਫਿਰ ਹੌਲੀ ਹੌਲੀ ਟੱਟੂ ਛਾਪ ਫੇਰ ਫੇਰ ਉਹਨਾਂ ਹੀ ਸਪਿੰਟਰਾਂ ਲੰਮੀ ਲੰਮੀਆਂ ਲਾਉਣੀਆਂ ਤੇ ਉਹਦੇ ਨਾਲ ਸਟੈਮਨਾ ਬੰਦਦਾ ਸਪਿੰਟਰ ਨਾਲ ਜੇ ਇੱਕ ਤੇਜ਼ ਭੱਜਣ ਦਾ ਬਹੁਤ ਜ਼ਿਆਦਾ ਸਟੈਮਿਨਾ ਦਾ ਫਰਕ ਲੱਗਦਾ ਜੀ ਨਾ ਇਹ ਸਾਹ ਵਗਦਾ ਨਾ ਇਹ ਸਟੈਮਨਾ ਬੰਦਦਾ ਦਮ ਨਹੀਂ ਚੜਦਾ ਹੁਣ ਮੈਨੂੰ ਕਈ ਟੀਮਾਂ ਕਹਿੰਦੀਆਂ ਸੀ ਉਹਨੂੰ ਹੰਭਾ ਲਓ ਤੇ ਉਹ ਆਪੋ ਆਪ ਹੀ ਗਾਲੇ ਹੋਈ ਹੈ ਉਹ ਭੈਣੇ ਨੇ ਉਹ ਤਾਂ ਹੰਭਾ ਦਾਰੀਗਾ ਕਿਉਂਕਿ ਮੇਰਾ ਸਟੈਮਨਾ ਇੰਨਾ ਸੀਗਾ ਨਾਲ ਜਾਫ ਕਰਨੀ ਨਾਲ ਰੈਡ ਕਰੀ ਜਾਣੇ ਦੋਵੇਂ ਕੰਮ ਮੇਰੇ ਤਗੜੇ ਸੀਗੇ ਬਾਕੀ ਸੀਰੀ ਨੂੰ ਵਾਲਾ ਸਾਂਭੀ ਰੱਖੇ ਹਾਂਜੀ अच्छा बाबाजी जेडे जेडे ਹੁਣ ਕਬੱਡੀ ਦੇ ਵਿੱਚ ਜਿਹੜੇ ਨਸ਼ੇ ਆ ਗਏ ਨੇ ਜਦੋਂ ਇਦਾਂ ਦੀਆਂ ਖਬਰਾਂ ਸੁਣਦੋ ਜਾਂ ਇਦਾਂ ਦਾ ਤੁਸੀਂ ਲਿਖਿਆ ਪੜ੍ਹਦੇ ਹੋ ਕਿਤੇ ਜਾਂ ਇਦਾਂ ਦੀਆਂ ਗੱਲਾਂ ਹੁੰਦੀਆਂ ਨੇ ਤਾਂ ਉਹਨਾਂ ਨੂੰ ਕੀ ਤੁਸੀਂ ਸਨੇਹਾ ਦੇਓਗੇ ਜਿਹੜੇ ਅੱਜਕੱਲ ਦੇ ਕਬੱਡੀ ਖਿਡਾਰੀ ਨੇ ਮੈਂ ਜਾਂਦਾ ਰਿਆ ਇੱਥੇ ਸਟੇਡੀਅਮ 'ਚ ਇੱਕ ਛੋਟਾ ਜਿਹਾ ਬੱਚਾ ਮੇਰੇ ਕੋਲ ਬੈਠਾ ਕਹਿੰਦਾ ਫਲਾਣਾ ਨਾ ਆ ਨਾੜ ਚੀਕਾ ਲਾਉਂਦਾ ਮੈਂ ਕਿਹਾ ਲੈ ਦੱਸ ਗਏ ਤਾਂ ਜਿਹਨੇ ਹੁਣੇ ਸਿੱਖ ਗਿਆ ਨਾੜ ਚ ਲੱਗਦਾ ਫਿਰ ਮੈਂ ਇਥੋਂ ਬਦਲ ਗਿਆ ਪ੍ਰਾਇਮਰੀ ਸਕੂਲ ਚਲਾ ਗਿਆ ਮੈਂ ਕਿਹਾ ਕੋਈ ਨੱਚੇ ਵਾਲਾ ਇੱਥੇ ਨਾ ਵੇ ਮੈਨੂੰ ਦੱਸ ਦਿਓ ਮੈਂ ਉਹਨੂੰ ਕੱਢ ਦੂੰਗਾ ਤੇ ਉੱਥੇ ਗੱਡੇ ਉਹ ਮੁੰਡੇ ਕਹਿੰਦੇ ਬਾਬਾ ਸਾਡੀਆਂ ਬਾਹਾਂ ਜਾਨ ਹੈ ਨਹੀਂ ਤੇ ਮੈਂ ਕਿਹਾ ਜਾਨ ਕਿਵੇਂ ਹੋਏ ਪੁੱਤ ਕਈ ਤੁਸੀਂ ਨਹੀਂ ਪਾਉਂਦੇ ਪੱਠੇ ਕੋ ਤੁਸੀਂ ਨਹੀਂ ਕੋ ਉਤਰਦੇ ਡੰਡ ਤੁਸੀਂ ਨਹੀਂ ਕੱਢਦੇ ਤੇ ਬਾਹਾਂ ਤੇ ਹੋਈ ਜਾਨ ਪੈਣੀ ਹੈ ਮੈਂ ਕਿਹਾ ਸਰੀਰ ਨੂੰ ਦਵਲੋ ਫੇਰ ਆਪੇ ਤਗੜਾ ਹੋ ਜਾਊਗਾ ਸਮੂਗਾਂ ਨਿਰਲੇਪਿੰਡ ਥੱਲੇਕੇ ਦੇ ਵਿੱਚ ਮੌਜੂਦ ਆ ਬਾਬਾ ਜੀ ਦੇ ਨਾਲ ਗੱਲਬਾਤ ਕਰ ਰਹੇ ਆ ਮਹਿਲਾ ਸਿੰਘ ਜੀ ਸਾਡੇ ਨਾਲ ਮੌਜੂਦ ਨੇ ਲਗਾਤਾਰ ਗੱਲ ਕਰ ਰਹੇ ਆ ਅੱਛਾ ਬਾਬਾ ਜੀ ਤੁਸੀਂ ਜਿਹੜੇ ਨੌਜਵਾਨ ਮੁੰਡੇ ਨੇ ਉਹਨਾਂ ਨੂੰ ਉਹਨਾਂ ਨੂੰ ਜੇ ਤੁਸੀਂ ਸਿਖਾਓ ਤਾਂ ਮੈਨੂੰ ਲੱਗਦਾ ਬਹੁਤ ਜ਼ਿਆਦਾ ਕਈਆਂ ਦੀ ਜ਼ਿੰਦਗੀ ਬਣ ਸਕਦੀ ਹੈ ਚੰਗੀ ਸਿਹਤ ਮਿਲ ਸਕਦੀ ਹੈ ਤਜਰਬਾ ਬਹੁਤ ਵੱਡਾ ਤੁਹਾਡੇ ਕੋਲ ਉਹ ਆਖੇ ਨਹੀਂ ਜੀ ਲੱਗਦੇ ਬੱਚੇ ਹੂੰ ਕਿਉਂ ਮਿਹਨਤ ਜਦ ਲਵਾਈ ਦੀ ਉਹਨਾਂ ਨੂੰ ਕੋਈ ਐਂ ਕਰਕੇ ਐਂ ਕਰਕੇ ਤੇ ਉਹਦਾ ਆਪ ਦਾ ਸੁਲ ਸੁਲਦਾ ਰੱਖਦੇ ਆ ਹੂੰ ਜੇ ਆਖੇ ਲੱਗਣ ਤਾਂ ਪਿੰਡ ਤਗੜੇ ਹੋਣ ਹਾਂਜੀ ਮਿਹਨਤ ਮਾਰਨ ਮਿਹਨਤ ਮਾਰ ਕੇ ਆ ਹਾਂਜੀ ਮੈਂ ਮਿਹਨਤ ਲਾਖੀ ਨੀ ਰਾਜੀ ਅਜੇ ਬਾਬਾ ਜੀ ਕਦੀ ਕੋਸ਼ਿਸ਼ ਕੀਤੀ ਹੈ ਕਦੀ ਇਦਾਂ ਬੱਚੇ ਇਕੱਠੇ ਕਰਕੇ ਜਾਂ ਕਦੀ ਪੰਚਾਇਤ ਦੇ ਨਾਲ ਗੱਲ ਕੀਤੀ ਹੋਏ ਤੁਸੀਂ ਕਦੀ ਸਿਖਾਇਆ ਹੋਏ ਬੱਚਿਆਂ ਨੂੰ ਬੱਚੇ ਇੰਟਰਸਟ ਨਹੀਂ ਲੈਂਦੇ ਜੀ ਫੇਰ ਕਰੀਏਗੀ ਹੁਣ ਮੈਂ ਜਾਂਦਾ ਰਿਆਂ ਉੱਥੇ ਪ੍ਰਾਇਮਰੀ ਸਕੂਲ ਚ ਤੇ ਅੱਠ ਕ ਦਿਨ 10 ਦਿਨ ਆਏ ਤੇ ਮੁੜ ਕੇ ਭੱਜ ਗਏ ਸਾਰੇ ਮੇਰੀ ਮਿਹਨਤ ਤੋਂ ਭੱਜ ਜਾਂਦੇ ਆ ਮੈਂ ਤਾਂ ਥੋੜੀ ਸਖਤ ਹੈ ਤੇ ਸਖਤ ਸਰੀ ਮਿਹਨਤ ਨਾਲ ਸਿਰ ਜਵਾਂਦਾ ਜੇ ਇਹਨੂੰ ਖੁੱਲਾ ਛੱਡ ਗਏ ਥੋੜੇ ਮਿਹਨਤ ਲਾ ਲਈ ਚਲੋ ਬਿੱਲੇ ਹੋ ਗਏ ਥੋੜੀ ਲਾਲੀ ਜੇ ਨਾਲ ਇਹਨੂੰ ਦਵਲੋਂਗੇ ਉਹਨਾਂ ਦੀ ਤਗੜਾਊਗਾ ਵਾਕੇ ਬਾਬਾ ਜੀ ਦਾ ਬਾਬਾ ਜੀ ਦਾ ਸਰੀਰ ਆਜੇ ਬਾਬਾ ਜੀ ਦੇ ਦੇਖੇ ਜਾਣ ਹੱਥ ਅਜੇ ਵੀ ਬਾਬਾ ਜੀ ਪੂਰੇ ਮਜ਼ਬੂਤ ਪਏ ਨੇ ਉਮਰ ਦੇ ਇਸ ਪੜਾ ਦੇ ਵਿੱਚ ਵੀ ਬਾਬਾ ਜੀ ਦੀ ਪੂਰੀ ਗ੍ਰਿਪ ਆਉਂ ਮੈਂ ਲੱਗਦਾ ਜਦੋਂ ਕੌਡੀ ਖੇਡਦੇ ਹੋਣੇ ਬਾਬਾ ਜੀ ਦਾ ਵਾਕੇ ਹੀ ਉਹ ਨਜ਼ਾਰਾ ਵੱਖਰਾ ਹੀ ਹੁੰਦਾ ਬਾਬਾ ਜੀ ਤੁਸੀਂ ਸਾਨੂੰ ਸਾਡੇ ਦਰਸ਼ਕਾਂ ਦੇ ਲਈ ਦਿਖਾ ਸਕਦੇ ਹੋ ਆਪਣਾ ਜਿਹੜਾ ਸਰੀਰ ਤੁਸੀਂ ਐਡੀ ਮਿਹਨਤ ਨਾਲ ਪਾਲਿਆ ਹੋਇਆ ਹਾਂਜੀ ਤੁਸੀਂ ਤੁਸੀਂ ਦਿਖਾ ਸਕਦੇ ਹੋ ਬਾਬਾ ਜੀ ਕੁੜਤਾ ਆਪਣਾ ਲਾ ਕੇ ਹਾਂ ਜੀ 82 ਸਾਲ ਦੀ ਉਮਰ ਹੈ ਬਾਬਾ ਜੀ ਦੀ ਜੋ ਮਹਿਤਾ ਕਹਿੰਦੇ ਸੀ ਇਹਨਾਂ ਨੂੰ ਕਬੱਡੀ ਦੇ ਉਸ ਦੌਰ ਦੇ ਵਿੱਚ ਮਹਿਤੇ ਨਾਮ ਨਾਲ ਜਾਣੇ ਜਾਂਦੇ ਸੀ ਸੋ 82 ਸਾਲ ਦੀ ਉਮਰ ਦੇ ਵਿੱਚ ਉਹ ਦੌਰ ਜਦੋਂ ਇਨਸਾਨ ਬਹੁਤ ਬਜ਼ੁਰਗ ਮੰਨਿਆ ਜਾਂਦਾ ਸਿਆਣੀ ਉਮਰ ਦਾ ਮੰਨਿਆ ਜਾਂਦਾ ਔਰ ਬਾਬਾ ਜੀ ਦੇ ਜਿਹੜੇ ਡੋਲੇ ਚੋਂ ਅਜੇ ਵੀ ਨਾਲਾ ਨਿਕਲਦੀਆਂ ਤੁਸੀਂ ਦੇਖ ਸਕਦੇ ਹੋ ਇਹ ਮਹਿਨਤਾਂ ਦਾ ਸਰੀਰ ਪਾਲਿਆ ਹੋਇਆ ਬਾਬਾ ਜੀ ਦਾ ਔਰ ਜਦੋਂ ਬਾਬਾ ਜੀ ਕਾਡੀ ਖੇਡਦੇ ਹੋਣੇ ਆਪਣੇ ਜਮਾਨੇ ਦੇ ਵਿੱਚ ਡੋਲੇ ਅਜੇ ਵੀ ਬਾਬਾ ਜੀ ਦੇ ਫੜਕਦੇ ਆ ਵਾਹ ਜੀ ਵਾਹ ਤੋਂ ਨਹੀਂ ਕਰੋ ਇਹ ਬਾਬਾ ਜੀ ਦੀ ਮਿਹਨਤ ਬੋਲਦੀ ਆ 82 ਸਾਲ ਦੀ ਉਮਰ ਔਰ ਆਮ ਤੌਰ ਤੇ ਇੰਨੀ ਉਮਰ ਦੇ ਵਿੱਚ ਇਨਸਾਨ ਬਜ਼ੁਰਗ ਵੱਜਦਾ ਔਰ ਘਰ ਦੇ ਵਿੱਚ ਇੱਕ ਕੋਨੇ ਬੈਠਿਆ ਹੁੰਦਾ ਸੋ ਔਰ 나ੜਾ ਨਿਕਲਦੀਆਂ ਡੋਲਿਆਂ ਚ ਵਾਹ ਬਹੁਤ ਵਧੀਆ ਔਰ ਬਾਬਾਈ ਦੇ ਟ੍ਰਾਈਸੈਪ ਵਾਈਸੈਪ ਵਧੀਆ ਪੂਰੇ ਔਰ ਗੋਲੀ ਪੂਰੀ ਨਿਕਲਦੀ ਯਾਰ ਔਰ ਬਾਬਾਈ ਦੀ ਇਹ ਮਿਹਨਤ ਆ ਵਾਹ ਜੀ ਵਾਹ ਵਾਹ ਜੀ ਵਾਹ ਅੱਛਾ ਬਾਬਾਈ ਇਹ ਇਹ ਪੂਰੇ ਤੁਹਾਡੇ ਕੱਟ-ਕੁੱਟ ਪੂਰੇ ਵਧੀਆ ਪੈਂਦੇ ਆ ਔਰ ਤੁਸੀਂ ਦੱਸਿਆ ਕਿ ਥੋੜਾ ਤੁਹਾਨੂੰ ਇੱਕ ਹਾਦਸੇ ਦਾ ਥੋੜਾ ਤੁਸੀਂ ਸ਼ਿਕਾਰ ਹੋ ਗਏ ਸੀ ਕਿ ਥੋੜਾ ਅਨਫੈਕਟ ਹੋ ਗਏ ਤੁਸੀਂ ਥੋੜਾ ਜਿਹਾ ਪੇਟ ਪਰ ਅਜੇ ਵੀ ਪੂਰਾ ਸ਼ੇਪ ਚੋਂ ਪੇਟ ਤੁਸੀਂ ਕਹਿੰਦੇ ਉਹਦੇ ਕਰਕੇ ਵੱਧ ਗਿਆ ਵਿਚਾਰੇ ਮਸਲ ਦੀਦੇ ਸੀ ਜੀ ਮੇਰੇ ਪੇਟ ਦੇ ਐ ਐ ਐਬਸ ਨਹੀਂ ਕਲੀਅਰ ਹਾਂਜੀ ਉਹ ਜਿਵੇਂ ਧਾਰੀਆਂ ਜੀਆਂ ਹੁੰਦੀਆਂ ਸੀ ਕਿ ਹੂੰ ਤੇ ਉਹ 1.5 ਸਾਲ ਹੋ ਗਿਆ ਮਿਹਨਤ ਨਹੀਂ ਹੋਈ ਹੂੰ ਤੇ ਇਸ ਕਰਕੇ ਥੋੜਾ ਜਿਹਾ ਹੂੰ ਵੱਧ ਗਿਆ ਇਹ ਹੂੰ ਹੋਰ ਤੇ ਬਾਬਾ ਜੀ ਹੁਣ ਹੁਣ ਤੁਹਾਡਾ ਵਰਜਿਸ਼ ਦਾ ਕੀ ਢੰਗ ਕੀ ਆ ਕਿਵੇਂ ਵਰਜਿਸ਼ ਕਰਦੇ ਹੋ ਜਿਹੜੇ ਜਿਹੜੇ ਰਵਾਇਤੀ ਜਿਹੜੀ ਜੋ ਚੱਲਦਾ ਵਾ ਡੰਬਲ ਚੱਕ ਲੇ ਜਾਂ ਪੁਸ਼ਅਪ ਲਾ ਲੀਆਂ ਉਹ ਉਹ ਚੀਜ਼ਾਂ ਲਾਣੇ ਹੋ ਕਿ ਆਪਣੇ ਕੰਮ ਦੇ ਵਿੱਚ ਹੀ ਵਰਜਿਸ਼ ਆ ਕੰਮ ਚੀਜੀ ਹੁਣ ਮੇਰੇ ਨਾਲ ਉਦੋਂ ਜਦੋਂ ਗੱਡੀ ਵੱਜੀ ਆ ਾ ਢੂਈ ਦੁਖਦੀ ਤੇ ਬੰਡਲ ਚੱਕੇ ਨਹੀਂ ਬੰਡੇ ਪਏ ਆ ਮੇਰੇ ਕੋਲੇ ਚੱਕੇ ਨਹੀਂਗੇ ਤੇ ਫਿਰ ਆ ਮਸ਼ੀਨ ਗੇੜ ਤੇ ਟੈਂਪਾਸ ਕਰੀਦਾ ਕਈ ਫੜ ਲੈਂਦੀ ਐ ਜਿੱਥੇ ਕਾਗੂ ਹੁੰਦਾ ਉਹਦੇ ਕਾਟਵਾ ਲਈਦਾ ਬਸ ਅੱਛਾ ਪਿੰਡ ਪਿੰਡ ਦੇ ਜਿਹੜੇ ਜਵਾਨ ਮੁੰਡੇ ਨੇ ਜਿਹੜੇ ਅੱਜਕੱਲ੍ਹ ਜਿਹੜੀ ਨਵੀਂ ਪਨੀਰੀ ਆ ਚੜਦੀ ਉਮਰ ਦੇ ਮੁੰਡੇ ਨੇ ਉਹ ਉਹ ਜਦੋਂ ਇਦਾਂ ਦੇਖਦੇ ਆ ਪ੍ਰਭਾਵਿਤ ਹੁੰਦੇ ਹੋਣੇ ਆ ਲੋਕ ਹਾਂ ਪ੍ਰਭਾਵਿਤ ਦੇਖਣਾ ਜੀ ਬੁੜਾ ਜਾ ਹੈਗਾ ਛੜਿਆ ਜਾ ਕਹਿੰਦੇ ਆ ਤੇ ਵੇ ਸਰੀਰ ਕੇਜਾ ਬੜਾ ਬੈਠਾ ਜੀ ਹਾਂਜੀ ਬਸ ਆਈ ਇਹ ਮੁੰਡਿਆਂ ਨੂੰ ਕਹੀਦਾ ਭਾਈ ਖਰਾਕ ਖਾਓ ਮਿਹਨਤ ਕਰੋ ਆਪੇ ਮਿਹਨਤ ਦਾ ਫਲ ਮਿਲਦਾ ਈ ਕਿਸੇ ਗੰਮ ਦੀ ਗੱਲ ਨਾ ਡਾਕਟਰਾਂ ਦੇ ਗੇੜੇ ਵੀ ਘੱਟ ਲਾਣੇ ਪੈਂਦੇ ਆ ਹਾਂਜੀ ਡਾਕਟਰ ਕੋਲ ਮੈਂ ਗਿਆ ਹੀ ਨਹੀਂ ਕਦੇ ਹਾਂ ਆ ਲੋ ਜੀ ਅਨ ਮੇਰੀ ਦਵਾਈ ਚੱਲਦੀ ਹੈ ਇਹ ਜਵਾ ਕਹੀ ਜਾਂਦੇ ਖਾ ਖਾ ਮੈਂ ਕਿਹਾ ਮੇਰੇ ਦੂਜੇ ਜੋੜਾਂ ਚ ਵੀ ਚਰਬੀ ਖਤਮ ਹੋ ਜੂਗੀ ਹਾਂਜੀ ਤੇ ਫਿਰ ਮੈਂ ਤਨੋਂ ਰਹਿ ਜੂ ਫਿਰ ਰੋਟੀ ਨਹੀਂ ਫੜਾਇਆ ਕਰਨੀ ਤੁਸੀਂ ਹਾਂਜੀ ਆਖੀ ਤਾਂ ਠੀਕ ਹੈ ਮੈਂ ਦਵਾਈ ਘਟਾ ਦੇਣਾ ਤੇ ਛੱਡਣੀ ਨਹੀਂ ਅੱਛਾ ਬਾਬਾ ਜਿਹੜੀਆਂ ਸੁਖਸੂਲਤਾ ਚੱਲ ਪਈਆਂ ਹੁਣ ਏਸੀ ਬਿਨਾ ਬੰਦਾ ਰਹਿੰਦਾ ਨਹੀਂ ਕਹਿੰਦਾ ਬਹੁਤ ਗਰਮੀ ਲੱਗਣ ਲੱਗੀ ਫੋਨ ਆ ਗਏ ਹੋਰ ਬਹੁਤ ਚੀਜ਼ਾਂ ਆ ਗਈਆਂ ਹੈਨਾ ਖੁਰਾਕਾਂ ਦੇ ਵਿੱਚ ਵੀ ਨਵੀਆਂ-ਨਵੀਆਂ ਚੀਜ਼ਾਂ ਆ ਗਈਆਂ ਦੁੱਧ ਤੁਸੀਂ ਘਰ ਦਾ ਚਵਾਵਾ ਦੁੱਧ ਪੀਨੇ ਹੋ ਜਾਂ ਹੋਰ ਅੱਜਕਲ ਕਹਿੰਦੇ ਆ ਕਿ ਡਾਕਟਰ ਕਹਿੰਦੇ ਕਿਓ ਨਾ ਖਾਓ ਦੁੱਧ ਦਾ ਘੱਟ ਫੈਟ ਖਾਓ ਤੁਸੀਂ ਜਦੋਂ ਤੁਹਾਡਾ ਦੌਰ ਸੀਗਾ ਤਲੀਆਂ-ਤੁਲੀਆਂ ਚੀਜ਼ਾਂ ਘੱਟ ਹੁੰਦੀਆਂ ਸੀ ਅੱਜਕਲ ਤਾਂ ਹੁਣ ਫਾਸਟ ਫੂਡ ਬਹੁਤ ਬੱਚੇ ਖਾਂਦੇ ਨੇ ਅਸੀਂ ਤਾਂ ਜੀ ਕਿਓ ਕੋਈ ਖਾਏਂਦੇ ਮੱਖਣੀ ਹੁੰਦੀ ਸੀ ਕੁੱਜਾਂ ਚੋਂ ਦੁੱਧ ਨਹੀਂ ਵੇਚਦਾ ਸੀ ਕੋਈ ਕਹਿੰਦੇ ਜੇ ਜ ਭਰਨਾ ਰੋਗ ਖਾ ਲੈਣਾ ਭਰਨਾ ਰੋਗ ਫਾਰਾ ਹਾਜਮ ਖਾਰਾ ਕਰ ਲੀਦਾ ਸੀ ਕਿਉਂ ਮਿਹਨਤ ਕਰਾਂਗੇ ਤਾਂ ਹੀ ਹਾਜਮ ਹੋਊਗਾ ਤੇ ਦੁੱਧ ਦਾ ਜਿੰਨਾ ਮਰਜੀ ਪੀ ਲਈਦਾ ਸੀਗਾ ਮੰਜਾ ਢੋ ਚੁੰਗ ਲਈਦਾ ਸੀ ਬਸ ਸਰੀਰ ਨੂੰ ਤੋਰਨ ਵਾਸਤੇ ਬਹੁਤ ਖਰਾਬ ਖਾਣੀ ਪੈਂਦੀ ਸੀ ਜੇ ਅਖੜਾਂ ਵੀ ਫਲਾਣੇ ਨਾਮ ਐਚ ਚਲੋ ਯਾਰ ਹੋਰ ਮਿਹਨਤ ਲਾਓ ਹੋਰ ਖਰਾ ਖਾ ਲੋ ਆਪੇ ਤਕੜੇ ਹੋ ਜਾਾਂਗੇ ਇਹ ਤਾਂ ਨਹੀਂ ਸਵੇਕ ਚ ਰੋਟੀ ਜੀ ਲਾਓ ਕਰੋ ਫੇ ਤੇ ਅਨੁਮਾਨਨ ਬਾਬਾ ਜੀ ਦਿਨ ਦੇ ਵਿੱਚ ਕਿੰਨਾ ਕੁ ਤੁਰ ਲੈਨੇ ਹੋ ਤੁਸੀਂ ਕੰਮ ਕਰਦੇ ਕਰਦੇ 2-3 ਕਿਲੋਮੀਟਰ ਤੋਰਾ ਹੋ ਜਾਂਦਾ ਹੋਈ ਜਾਂਦਾ ਹੋਣਾ ਜੀ ਹੁਣ ਮੈਂ ਸਵੇਰੇ 10 ਵਜੇ ਦਾ ਲੱਗਾ ਹੈ ਕਈ ਫੜਕੇ ਹਮ ਇੱਥੇ ਮਗਰ ਹਮ ਤੇ ਇੱਕ ਇੱਕ 1:30 ਵਜੇ ਹਟਿਆ ਹਮ ਹਾਂਜੀ ਤੇ ਹੁਣ ਫੇਰ ਵਿਹਲਾ ਹੋ ਜਾਣਾ ਪੱਠੇ ਕੁਤਰ ਕੇ ਹੁਣ ਪੱਠੇ ਕੁਤਰੂੰਗਾ ਘੰਟਾ ਕੁ ਲੱਗ ਜਾਣਾ ਹਮ ਤੇ ਮੁੜ ਕੇ ਫੇਰ ਖੇਚ ਜਾਵਣਾ ਕਈ ਫੜਕੇ ਹਮ ਬਸ ਦਿਨ ਨਤਨੇ ਵੇਲੇ ਨਹਾ ਕੇ ਤੇ ਆਉਦਾ ਨਤਨੇ ਕਰ ਲੈ ਕਿੰਨੇ ਕਿੰਨੇ ਵਜੇ ਬਾਬਾ ਜੀ ਉੱਠ ਖੜਦੇ ਹੋ ਸਵੇਰੇ ਉੱਠਦਾ ਤਾਂ ਮੈਂ 5 ਵਜੇ ਆ ਜੀ ਜਾਗ ਨਹੀਂ ਆਉਂਦੀ ਪਹਿਲਾਂ 5 ਵਜੇ ਉੱਠ ਕੇ ਤੇ ਫਿਰ ਨਤਨੇ ਪੰਜ ਬਾਣੀਆਂ ਤੇ ਸੋਹਣੀ ਸਾਹਿਬ ਦਾ ਪਾਠ ਕਰ ਲਈਦਾ ਮੁੜ ਕੇ ਕਥਾ ਆਉਂਦੀ ਕਥਾ ਸੁਣ ਲੈਂਦੀ ਹੈ ਅੱਛਾ ਬਾਬਾ ਜੀ ਬੱਚੇ ਕਹਿੰਦੇ ਨੇ ਕਿ ਬਾਬਾ ਜੀ ਹੁਣ ਤੁਸੀਂ ਜ਼ਿਆਦਾ ਕੰਮ ਨਾ ਕਰਿਆ ਕਰੋ ਤੁਸੀਂ ਆਰਾਮ ਕਰ ਲਓ ਬਹਿ ਜਾਓ ਕਿਤੇ ਕੋਈ ਡਿੱਗ ਨਾ ਜਾਓ ਇਹੋ ਜਿਹਾ ਕੁਝ ਇਹ ਤਾਂ ਕਹਿੰਦਾ ਸਾਈਕਲ ਤੇ ਨਾ ਜਾਇਆ ਕਰ ਮੁੰਡਾ ਕਹਿੰਦਾ ਮੇਰਾ ਕਿ ਕੋਈ ਇਸੇ ਦੇ ਵਿੱਚ ਵੱਜੂਗਾ ਤੇ ਮੈਂ ਕਿਹਾ ਚੱਲ ਅੱਗੇ ਮੇਰੇ ਕਾਰ ਮਾਰੀ ਦਿੱਤੀ ਸੀ ਕਿ ਤੇ ਚੱਲ ਮੈਂ ਇਸ ਪਾਸੇ-ਪਾਸੇ ਆਪੇ ਸਾਈਕਲ ਤੁਰ ਲਿਆ ਕਰੂੰ ਹਾਂ ਹਾਂ ਜੀ ਸਾਈਕਲ ਦਾ ਜਿਹੜੇ ਗੋਡਿਆਂ ਗਾਂਡਿਆਂ ਦੇ ਕਹਿੰਦੇ ਹੁੰਦੇ ਆ ਨਾ ਜਿਹੜੀ ਗਰੀਸ ਮੁੱਕ ਜਾਂਦੀ ਹੈ ਗਰੀਸ ਮੁੱਕ ਜਾਂਦਾ ਤੇ ਸਾਈਕਲ ਦਾ ਐ ਸਹੀ ਰਹਿੰਦੇ ਆ ਹਾਂ ਜੀ ਮੈਂ ਹੁਣ 15 ਦਿਨ ਹੋ ਗਏ ਅਗੇ 3 ਕਿਲੋਮੀਟਰ ਤੁਰਦਾ ਸੀਗਾ ਉਹ ਗਰਮੀ ਜਾਦੇ ਕਰਕੇ ਨਾ ਤੁਰਿਆ ਨਹੀਂ ਮੈਂ ਤੇ ਹੁਣ ਫੇਰ ਸ਼ੁਰੂ ਕਰ ਦਨੇ ਨਾਲ ਸਾਈਕਲ ਫੜ ਲਈਦਾ ਪੋਇਦੇੁੰਦੇ ਕੋਈ ਸਾਈਕਲ ਘਾਤੋ ਫੜਿਆ ਮੈਂ ਕਹਿੰਦਾ ਅੱਜ ਕੱਲ ਜਵਾਨ ਟੀਕੇ ਲਾਉਂਦੇ ਮੁੰਡੇ ਹਾਂ ਜਦੋਂ ডোজ ਘਟ ਦਿੰਦੀ ਇੱਕ ਹੋਰ ਲਾ ਦਿੰਦੇ ਮੈਂ ਕਹਾਂ ਜਦੋਂ ਮੇਰੀ ਅਪਲ ਤਾਂ ডোজ ਘਟਦੀ ਨਹੀਂ ਜੇ ਘਟਣ ਲੱਗੀ ਤੇ ਮੈਂ ਇਸ ਤੇ ਚੜ ਜੂਗਾ ਤੇ ਆਪੇ ਮੈਨੂੰ ਲੈ ਜੂ ਕਰੇ ਹਾਂਜੀ ਹਾਂਜੀ ਬਾਈ ਹੁਣ ਦੇ ਹੁਣ ਦੀ ਜ਼ਿੰਦਗੀ ਤੋਂ ਜਿਹੜਾ ਤੁਹਾਡੇ ਤੁਹਾਡਾ ਜ਼ਮਾਨਾ ਸੀਗਾ ਜਿਹੜਾ ਬਦਲਾਵ ਆ ਗਿਆ ਉਹਨੂੰ ਕਿੱਦਾਂ ਦੇਖਦੇ ਹੋ ਜੋ ਬਦਲਾਵ ਆ ਗਿਆ ਦੁਨੀਆ ਦੇ ਵਿੱਚ ਜਿਹੜਾ ਯੂਥ ਬਦਲ ਗਿਆ ਜਾਂ ਬਹੁਤ ਕੁਝ ਬਦਲ ਗਿਆ ਤੁਸੀਂ ਤਾਂ ਬਹੁਤ ਦੇਖਿਆ ਨੇ ਨੇੜਿਓਂ ਕਿਹੜੇ ਤੁਸੀਂ ਦੌਰ ਦੇ ਤੁਸੀਂ ਜੌਬ ਵੀ ਕੀਤੀ ਆ ਵਧੀਆ ਤਰੀਕੇ ਨਾਲ ਵਿਚਰੇ ਵੀ ਹੋ ਲੋਕਾਂ ਦੇ ਨਾਲ ਔਰ ਵੱਡੀ ਗੱਲ ਇਹ ਹੈ ਕਿ ਤੁਹ ਤੁਹਾਡੇ ਅੰਦਰ ਖੇੜਾ ਬਹੁਤ ਆ ਤੁਸੀਂ ਬਹੁਤ ਸਿੰਪਲ ਰਹਿੰਦੇ ਹੋ ਔਰ ਤੁਸੀਂ ਇੱਕ ਚੰਗੀ ਜੌਬ ਚ ਰਿਟਾਇਰਡ ਹੋ ਔਰ ਬਹੁਤ ਚੋਟੀ ਦੇ ਖਿਡਾਰੀ ਰਹੇ ਹੋ ਨਾਮ ਵੀ ਹੈ ਤੁਹਾਡਾ ਔਰ ਪ੍ਰਮਾਤਮਾ ਨੇ ਸਿਹਤ ਵੀ ਬਹੁਤ ਵਧੀਆ ਦਿੱਤੀ ਆ ਔਰ ਇੰਨੀ ਤੁਸੀਂ ਜਿਹੜੀ ਇਸ ਉਮਰ ਦੇ ਦੌਰ ਦੇ ਵਿੱਚੋਂ ਔਰ ਜੇ ਤੁਸੀਂ ਸਾਡੇ ਨਾਲ ਖੜ ਕੇ ਗੱਲ ਕਰ ਰਹੇ ਹੋ ਔਰ ਜਦੋਂ ਅਸੀਂ ਬਾਬਾ ਜੀ ਦਾ ਇੰਟਰਵਿਊ ਕੀਤੀ ਅਸੀਂ ਖੜ ਕੇ ਇੰਟਰਵਿਊ ਕਰ ਲਿਆ ਕੋਈ ਦਿੱਕਤ ਤਾਂ ਨਹੀਂ ਕਹਿੰਦੇ ਚਾਹੇ ਮੈਨੂੰ ਡੇਢ ਘੰਟਾ 2 ਘੰਟੇ ਖੜਾਈ ਰੱਖੋ ਔਰ ਮਹਿਸੂਸ ਕਿਦਾਂ ਦਾ ਕਰਦੇ ਹੋ ਤੁਸੀਂ ਜਿਹੜਾ ਇਹ ਸਭ ਕੁਝ ਚੇਂਜ ਹੋਇਆ ਅੱਛਾ ਉਹ ਅੱਗੇ ਦਾ ਜੇ ਮੈਂ ਮੈਚ ਲਾਉਣਾ ਕਿ ਜਾਣਾ ਤੇ ਕੱਪੜੇ ਚੰਨੀ ਮੇਰੀ ਸਿਆਣ ਆਉਂਦੀ ਸੀ ਤਖਤੂਪੁਰ ਇਹਨਾਂ ਮੈਨੂੰ ਨੰਗਾ ਨਾ ਦੇਣ ਉਧਰੋਂ ਕਹਿਣ ਵੀ ਥੱਲੇ ਕਾਲੇ ਆ ਜਾਓ ਤੇ ਉਹ ਨੰਗਣ ਦਾ ਮੁੰਡੇ ਮੈਂ ਮੈਂ ਕਿਹਾ ਯਾਰ ਮੈਂ ਨੰਗਾ ਨੰਗਣਾ ਮੈਨੂੰ ਕਹਿੰਦੇ ਤੂੰ ਬਹੁਤਾ ਸੋਹਣਾ ਮੂਰੋ ਕੇ ਬਹਿ ਜਾਏਗਾ ਦੂਜੀ ਵਾਰ ਫੇਰ ਗਿਆ ਜੋ ਤੀਜੀ ਵਾਰ ਮੈਂ ਕਿਹਾ ਯਾਰ ਮੈਂ ਆ ਨੰਗ ਨੰਗ ਕਹਿੰਦੇ ਫਿਰ ਨਜ਼ਾਰੇ ਨਾ ਮਾਜਦੇ ਸੀ ਅਜੇ ਤਾਈ ਲੋਕੀ ਯਾਦ ਕਰ ਕੇ ਮੈਲ ਨਾਉਂਦੇ ਬਜ਼ੁਰਗ ਪੁੱਛਦੇ ਆ ਵੀ ਹੈਗਾ ਕਿ ਹੈ ਨਹੀਂਗਾ ਹਾਂਜੀ ਤੇ ਮੈਂ ਹੁਣ ਕਿ ਆ ਕੇ ਇੱਥੇ ਵਿਚਾਰੇ ਮਿਲ ਕੇ ਜਾਂਦੇ ਹਾਂ ਅਤੇ ਬੱਬਈ ਤੁਸੀਂ ਜਿਵੇਂ ਆਮ ਜਿਹੜੇ ਬਜ਼ੁਰਗ ਹੁੰਦੇ ਨੇ ਇੰਨੀ ਉਮਰ ਚ ਚਲੇ ਜਾਂਦੇ ਨੇ ਲੋਕ ਉਹਨਾਂ ਨੂੰ ਨਾ ਬੜਾ ਇੱਕ ਵਿਚਾਰਾ ਜਿਹਾ ਪਾਤਰ ਬਣਾ ਲੈਂਦੇ ਨੇ ਕਿ ਵੀ ਬਜ਼ੁਰਗ ਆ ਜਿਵੇਂ ਤੁਸੀਂ ਦੱਸ ਕੇ ਹਟਿਓ ਪਰ ਜਦੋਂ ਜਿਵੇਂ ਤੁਹਾਨੂੰ ਦੇਖਦੇ ਨੇ ਜਿਵੇਂ ਤੁਸੀਂ ਆਪਣੇ ਮਨ ਦੇ ਵਿੱਚ ਕਿਵੇਂ ਮਹਿਸੂਸ ਕਰਦੇ ਹੋ ਕਿਉਂਕਿ ਤੁਸੀਂ ਬਿਲਕੁਲ ਆਪਣੀ ਸੋਚ ਦੇ ਹਿਸਾਬ ਨਾਲ ਵੀ ਸਰੀਰ ਦੇ ਹਿਸਾਬ ਨਾਲ ਵੀ ਪੂਰੇ ਯੰਗ ਪਏ ਹੋ ਹਾਂਜੀ ਮੈਂ ਫਿਰ ਜਿਉਂਨਾ ਸਰੀਰ ਦਾ ਖੜਾ ਨਹੀਂ ਛੜਦਾ ਜੇ ਇਹਨੂੰ ਖੁਰਾਕ ਦੇਈ ਜਾਵਾਂਗੇ ਆਪੇ ਤੁਰਿਆ ਰਹੂਗਾ ਤੇ ਜੇ ਨਾ ਖੁਰਾਕ ਦੇਵਾਂਗੇ ਤੇ ਪਸ਼ੂ ਵੀ ਪਸ਼ੂ ਨੂੰ ਖੁਰਾਕ ਦਾਈਏ ਉਹ ਬਹਿ ਜਾਂਦਾ ਤੇ ਇਹ ਤਾਂ ਬੰਦੇ ਮੈਂ ਕਿਹਾ ਮਰ ਜਾਗੇ ਤਾਂ ਕਿਉਂ ਖਾਂਦੇ ਪੀਂਦੇ ਮਰ ਜਾਗੇ ਤੇ ਕੋਈ ਪਰਵਾਹ ਨਹੀਂਗਾ ਖਾਈਏ ਤਾਂ ਸਹੀ ਹੁਣ ਵੀ ਕਿਉਂ ਕਿਉਂ ਖਾ ਲੈਨੇ ਹੁਣ ਦਿੰਦੇ ਨਹੀਂ ਘਰ ਦੇ ਡਰਦੇ ਕਹਿੰਦੇ ਵੀ ਡਾਕਟਰ ਨੇ ਮਨਾ ਕੀਤਾ ਮੈਂ ਕਿਹਾ ਮੈਂ ਜਦੋਂ ਜਾਣਾ ਤੋਰ ਹੀ ਲੈਣਾ ਹਾਂਜੀ ਤੇ ਜਿੰਨਾ ਚਾਹ ਖਾ ਲੈਣਾ ਖਾਓ ਖਾਓ ਅੱਛਾ ਬਾਬਾ ਵੀ ਮਿੱਠੇ ਮਿੱਠੇ ਦਾ ਪਰਹੇਜ਼ ਕਰਦੇ ਹੋ ਕਿਉਂਕਿ ਅੱਜਕੱਲ ਮਿੱਠੇ ਮੈਂ ਦੱਸਵਾਗੇ ਸਭ ਕੋਈ ਖਾ ਜਾਂਦਾ ਜੋ ਚੀਜ਼ ਹੁੰਦੀ ਸਾਰੀ ਖਾ ਸਕਦੇ ਤੇ ਸਾਰੀ ਪਰਮਾਤਮਾ ਹਾਜ਼ਮ ਕਰ ਦਿੰਦਾ ਤੇ ਬਾਜ਼ਾਰੀ ਚੀਜ਼ਾਂ ਤੋਂ ਕਰਦੇ ਹੋ ਪਰਹੇਜ਼ ਕੋਈ ਇੱਥੇ ਘਰੇ ਕੋਈ ਜਿਹੜਾ ਵਿਚਾਰ ਮੈਂ ਗਿਆ ਹੀ ਨਹੀਂ ਕਦੇ ਖਾਣ ਖਾਣ ਨੂੰ ਭਈਆ ਮਿੱਠਾ ਖਾ ਲਈ ਉਹ ਖਾ ਲਈ ਉਹ ਘਰੇ ਜੋ ਬੰਦਾ ਉਹ ਛਕ ਲਈਦਾ ਹਾਂਜੀ ਅੱਜ ਬਬਈ ਇੰਨਾ ਤੁਸੀਂ ਵਕਫਾ ਖੇਡੇ ਇਨਾਮ ਬਹੁਤ ਮਿਲਣੇ ਕਦੇ ਪੰਜਾਬ ਸਰਕਾਰ ਵੱਲੋਂ ਕੋਈ ਆਰਥਿਕ امداد ਕੀਤੀ ਗਈ ਹੋਵੇ ਜਾਂ ਕਿਸੇ ਜੱਥੇਬੰਦੀ ਵੱਲੋਂ ਇਹ ਇਹ ਕੋਈ ਕੋਈ ਦਇਆ ਦੇ ਪਾਤਰ ਵਜੋਂ ਨਹੀਂ ਕਿਉਂਕਿ ਤੁਸੀਂ ਸਮਰਾਥੋਂ ਪਰ ਇੱਕ ਇੱਕ ਮਾਨ ਸਨਮਾਨ ਬਹੁਤ ਜ਼ਰੂਰੀ ਹੁੰਦਾ ਜਦੋਂ ਜ਼ਿੰਦਗੀ ਦੇ ਵਿੱਚ ਤੁਸੀਂ ਇੰਨੀ ਮਿਹਨਤ ਕੀਤੀ ਹੋਵੇ ਐਸੇ ਆ ਡੋਲੀ ਭਾਈ ਦੋ ਵਾਰੀ ਸਨਮਾਨ ਕੀਤਾ ਜੀ 11 5000 ਤੱਕ ਦੋ ਤੇ 11-1100 ਦਿੱਤੇ ਇੱਕ ਕੰਬਲੀ ਨਾਲ ਦਿੰਦੇ ਸੀਗੇ ਤੇ ਇਹ ਪਿੱਛੇ ਸਾਲ ਬਾਗੇਪਰਾਇਨ ਟੂਰਨਾਮੈਂਟ ਹੋਇਆ ਸੰਤ ਕਰਮੇਲਸ ਤੋਂ ਉਹ 11000 ਨਾ ਸਨਮਾਨਤ ਕੀਤਾ ਮੈਨੂੰ ਐ ਥੋੜੇ ਥੋੜੇ ਨਾਲ 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 ਪੈਸੇ ਥੋੜੇ ਥੋੜੇ ਤੇ ਕਰਦੇ ਰਹੇ ਆ ਕਰਦਾ ਕੋਈ ਸਰਕਾਰ ਨੇ ਤਾਂ 30 ਸਾਲਾਂ ਮ ਸਰਸ ਕੀਤੀ ਹੈ ਹੁਣ ਪੈਨਸ਼ਨ ਦੇਣ ਲੱਗੇ ਉਹ ਵੀ ਖੋਲਣੀਆਂ ਇਹਨਾਂ ਨੇ ਅਜਾ ਪੰਜਾਬ ਸਰਕਾਰ ਦੇ ਵੱਲੋਂ ਜਿਹੜੇ ਪੁਰਾਣੇ ਖਿਡਾਰੀ ਨੇ ਉਹਨਾਂ ਨੂੰ ਵੀ ਹੁਣ ਸਨਮਾਨਿਤ ਕਰਨ ਦੀ ਗੱਲ ਆਖੀ ਗਈ ਹੈ ਮਹਾਰਾਜਾ ਰਣਜੀਤ ਸਿੰਘ ਅਵਾਰਡ ਦੇ ਨਾਲ ਔਰ ਕਈ ਇਸ ਤਰ੍ਹਾਂ ਦੀਆਂ ਸਕੀਮਾਂ ਵੀ ਸ਼ੁਰੂ ਕੀਤੇ ਗਏ ਨੇ ਕੋਈ ਤੁਹਾਡੇ ਤੱਕ ਪਹੁੰਚ ਹੋਈ ਹੈ ਕਦੇ ਨਹੀਂ ਜੀ ਕੋਈ ਪਹੁੰਚ ਨਹੀਂ ਹੋਈ ਮੈਂ ਤਾਂ ਪਤਾ ਹੀ ਨਹੀਂ ਸਕੀਮਾਂ ਹੈਗੀਆਂ ਕਿ ਕੀ ਨਾ ਕਿਸੇ ਨੇ ਦੱਸੀ ਆ ਤੁਸੀਂ ਦੱਸ ਜੀ ਹੁਣ ਬਈ ਇਸ ਤੱਕ ਸਕੀਮਾਂ ਆ ਗਈਆਂ ਅਤੇ ਮਬਈ ਜਿਹੜੇ ਜਿਹੜੇ ਸਾਡੇ ਵਿਊਰ ਨੇ ਜਾਂ ਜਿਹੜਾ ਲੋਕਾਂ ਨੇ ਤੁਹਾਨੂੰ ਦੇਖਣਾ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਿਹੜਾ ਕੋਈ ਤੁਹਾਡੇ ਤੋਂ ਸਿੱਖਣਾ ਚਾਹੁੰਦਾ ਹੋਵੇ ਜਾਂ ਤੁਹਾਡੇ ਨਾਲ ਸੰਪਰਕ ਕਰਨਾ ਚਾਹੁੰਦਾ ਹੋਵੇ ਕਿਉਂਕਿ ਤੁਹਾਡੇ ਕੋਲ ਤਜਰਬਾ ਬਹੁਤ ਹੈ ਔਰ ਮੈਨੂੰ ਲੱਗਦਾ ਜਿਹੜਾ ਬਾਬਾ ਜੀ ਦਾ ਤਜਰਬਾ ਹੈਗਾ ਜੇ ਕਿਸੇ ਨੂੰ ਸਹੀ ਸਿਹਤ ਮਿਲ ਜਾਏ ਕੋਈ ਮਿਹਨਤ ਕਰਨ ਵਾਲਾ ਹੋਵੇ ਤਾਂ ਉਹ ਬਹੁਤ ਅੱਗੇ ਜਾ ਸਕਦਾ ਕਿੱਥੇ ਤੁਹਾਨੂੰ ਮਿਲ ਸਕਦਾ ਕੋਈ ਕੰਡਿਆਲੋ ਮੁੰਡਾ ਖੇਡਦਾ ਹੁੰਦਾ ਜੀ ਸਾਡੇ ਨਾਲ ਉਹ ਆਇਆ ਮੈਨੂੰ ਮਿਲਣਾ ਮੇਰੇ ਘਰੋਂ ਚਾਹੇ ਕਰਕੇ ਮੈਨੂੰ ਕਹਿੰਦਾ ਵੀ ਮੈਨੂੰ ਸਿਆਣ ਲਿਆ ਮੈਂ ਕਿਹਾ ਯਾਰ ਜਦੋਂ ਇੱਕ ਦੂਏ ਦੇ ਸਾਹ ਆ ਫਿਰ ਮੈਨੂੰ ਇੱਥੇ ਮਿਲਣਾ ਮੈਂ ਕੁਰਸੀ ላይ ਵਾਰਚ ਬੈਠਾ ਤੇ ਮੈਨੂੰ ਕਹਿੰਦਾ ਨਾ ਮੈਂ ਮਹਿਤਾ ਜੀ ਨੂੰ ਮਿਲਣਾ ਮੈਂ ਇਥੋਂ ਬਾਹਰ ਫੜ ਕੇ ਜੱਫੀ ਪਾ ਲਈ ਮੈਂ ਖਾ ਜਾਂ ਤੈਨੂੰ ਮਿਲਾ ਦਿੰਦਾ ਦੱਸਿਆ ਰਿਹਾ ਵੀ ਮੈਂ ਹੀ ਫਿਰ ਉਹ ਸਮਝ ਗਿਆ ਮੈਨੂੰ ਕਹਿੰਦਾ ਤੈਨੂੰ ਯਾਰ ਉਧਰ ਬਹੁਤ ਯਾਦ ਕਰਦੇ ਤੈਨੂੰ ਲੈ ਜਾਨੇ ਮੈਂ ਖਾ ਨਹੀਂ ਵੀ ਹੁਣ ਤਾਂ ਇੱਧਰ ਹੀ ਜਾਵਾਂਗੇ ਕਿੱਥੋਂ ਕਿੱਥੋਂ ਆਏ ਸੀ ਤੁਹਾਨੂੰ ਮਿਲਣ ਨੂੰ ਖਾਸ ਤੌਰ ਤੇ ਕੰਡਿਆਲ ਪਾਲਾ ਸੀ ਕਬੱਡੀ ਖੇਡਦਾ ਸੀਗਾ ਅੱਛਾ ਹਾਂਜੀ ਤੇ ਉਹ ਆਇਆ ਕੈਨੇਡਾ ਚ ਆਇਆ ਸੀਗਾ ਹਾਂਜੀ ਤੇ ਮੈਨੂੰ ਕਹਿੰਦਾ ਤੈਨੂੰ ਲੈ ਜਾਨੇ ਉਧਰ ਮੈਂ ਖੰਨੇ ਮੈਨੇ ਜਾਣਾ ਉਧਰੋਂ ਇੱਕ ਬਜ਼ੁਰਗ ਆਇਆ ਉਹ ਕਹਿੰਦਾ ਬੁਢਿਆਂ ਦਾ ਬੁਰਾ ਹਾਲ ਹੈ ਬਾਈ ਕਿਤੇ ਉਧਰ ਨਾ ਹੜ ਜੀ ਹਾਂਜੀ ਅੱਛਾ ਬਾਬਾ ਜਿਹੜੇ ਤੁਹਾਨੂੰ ਤੁਹਾਡੇ ਤੋਂ ਸਿੱਖਣਾ ਚਾਹੁੰਦੇ ਹੁਣ ਕਿੱਥੇ ਤੁਹਾਡੇ ਕੋਲ ਆ ਸਕਦੇ ਆ ਕਿਵੇਂ ਤੁਹਾਡਾ ਸੰਪਰਕ ਕਰ ਸਕਦੇ ਆ ਦੇਖੋ ਜੀ ਇਕੱਲੇ ਇਕੱਲੇ ਮੁੰਡੇ ਨੂੰ ਮੁਸ਼ਕਲ ਹੈ ਸੈਟ ਹੋਵੇ ਥੋੜਾ ਜਿਹਾ ਪੰਜਾਂ ਚੋਹਾਂ ਦਾ ਫਿਰ ਉਹਨੂੰ ਦੱਸਣਾ ਸਿਖਾਲਾ ਜੇ ਉਹ ਕਹਿਣੇ ਲੱਗਣਗੇ ਤਾਂ ਜੇ ਕਹਣ ਖੜਾ ਛੜਉਣਗੇ ਫਿਰ ਤਾਂ ਆਪੇ ਕੀ ਸਿੱਖਣਾ ਇਹ ਤਾਂ ਮੱਥ ਮਾਰਨੀ ਪੈਂਦੀ ਹੈ ਮਗਰ ਲਗਣਾ ਪੈਂਦਾ ਹੈ ਜਿਹੜੀ ਚੀਜ਼ ਸਿੱਖਣੀ ਹੋਵੇ ਉਹਦੇ ਮਗਰ ਉਹਨੂੰ ਸਿਰ ਤੋੜ ਕਰਕੇ ਮਿਹਨਤ ਕਰਨੀ ਪੈਂਦੀ ਹੈ ਆਪਣਾ ਆਪਣਾ ਇੱਕ ਹੋਰ ਪਤਾ ਦੱਸ ਦੋ ਸਾਡੇ ਈਵਰਸ ਨੂੰ ਜਿੱਥੇ ਤੁਸੀਂ ਤੇ ਤੁਹਾਡਾ ਸੰਪਰਕ ਕਰ ਸਕਣ ਮੋਗੇ ਦੇ ਕੋਲ ਜਿਹੜਾ ਤੁਹਾਡਾ ਪਿੰਡ ਆ ਕਿਹੜਾ ਇਹ ਜਗਾ ਪੈਂਦੀ ਆ ਆਹ ਜੀਰਾ ਰੋਡ ਤੇ ਪਰਾ ਪੰਪ ਕੋਲੇ ਜੀ ਹਾਂਜੀ ਤੱਲੇ ਕੇ ਤੱਲੇ ਕੇ ਹਾਂਜੀ ਸੋ ਬਾਬਾ ਜੀ ਦੇ ਨਾਲ ਜਿਹੜਾ ਵੀ 3 ਕਿਲੋਮੀਟਰ ਹੈ ਉੱਥੋਂ ਚੌਂਕ ਤੋਂ ਇਹ ਹੂੰ ਅਤਰਾਮਾ ਬਦਨਾ ਨਾਲ ਗੁਰਦੁਆਰਾ ਸਾਹਿਬ ਹੈ ਹਮ ਇੱਥੇ ਮੇਰੇ ਕੋ ਬਾਬਾਈ ਦੇ ਨਾਲ ਗੱਲਬਾਤ ਕੀਤੀ ਔਰ ਮੈਂ ਬਹੁਤ ਮੈਨੂੰ ਖੁਸ਼ੀ ਹੋਈ ਹੈ ਬਾਬਾਈ ਦੀ ਸਿਹਤ ਦੇਖ ਕੇ ਸੋ ਇਹ ਬਾਬਾਈ ਦਾ ਇਹ ਤੁਸੀਂ ਦੇਖ ਸਕਦੇ ਹੋ ਕਿ ਕਿਹੜੇ ਬਾਬਾਈ ਦਾ ਹੱਥ ਤੁਸੀਂ ਦੇਖੋ ਕਿੰਨਾ ਮਜ਼ਬੂਤੀ ਆ ਔਰ ਮੈਨੂੰ ਲੱਗਦਾ ਕਿ ਬਾਬਾਈ ਵਾਜੀਵਾ ਬਹੁਤ ਬਹੁਤ ਵਧੀਆ ਬਾਬਾ ਜੀ ਤੁਸੀਂ ਸਰੀਰ ਨੂੰ ਆਪਣੇ ਪਾਲਿਆ ਔਰ ਸਾਨੂੰ ਬਹੁਤ ਖੁਸ਼ੀ ਆ ਕਿ ਅਸੀਂ ਤੁਹਾਡੇ ਤੱਕ ਪਹੁੰਚੇ ਆ ਤੇ ਜਿਹੜੇ ਤੁਹਾਡਾ ਤਜਰਬਾ ਵਾ ਤੁਹਾਡੀ ਸਿਹਤ ਔਰ ਇਹ ਲੋਕਾਂ ਤੱਕ ਪਹੁੰਚੂਗੀ ਇਹ ਇਹਦੇ ਵਿੱਚ ਖਾਸੀਅਤ ਇਹ ਹੈਗੀ ਆ ਕਿ ਅੱਜ ਦੀ ਦੌਰ ਦੇ ਵਿੱਚ ਦੁਨੀਆ ਜਿਹੜੀਆਂ ਚੀਜ਼ਾਂ ਪਿੱਛੇ ਭੱਜੀ ਫਿਰਦੀ ਆ ਉਹ ਸ਼ਾਇਦ ਉਹ ਨਕਲੀ ਦੁਨੀਆ ਵਾ ਔਰ ਅਸਲੀਅਤ ਇਹੀ ਆ ਸਰੀਰ ਹਮੇਸ਼ਾ ਤੁਹਾਡੇ ਨਾਲ ਰਹਿੰਦਾ ਵਾ ਚਾਹੇ ਖੁਸ਼ੀ ਹੋਵੇ ਗਮੀ ਹੋਵੇ ਗਰੀਬੀ ਅਮੀਰੀ ਜਿਸ ਤਰ੍ਹਾਂ ਦਾ ਵੀ ਦੌਰ ਆਵੇ ਜੇ ਸਰੀਰ ਵਧੀਆ ਹੈਗਾ ਤਾਂ ਤੁਸੀਂ ਹਰ ਕਿਸੇ ਤਰ੍ਹਾਂ ਦੀ ਮੁਸੀਬਤ ਨੂੰ ਚੰਗੀ ਤਰ੍ਹਾਂ ਦੇ ਨਾਲ ਚੱਲ ਸਕਦੇ ਹੋ ਉਹਦਾ ਮੁਕਾਬਲਾ ਸਹੀ ਢੰਗ ਨਾਲ ਕਰ ਸਕਦੇ ਹੋ ਬਾਬਾ ਜੀ ਸਾਡੇ ਕੋਲ ਸਮਾਂ ਹੁਣ ਪੂਰਾ ਹੋ ਗਿਆ ਕੋਈ ਦੋ ਸ਼ਬਦ ਤੁਸੀਂ ਅਖੀਰ ਦੇ ਉੱਤੇ ਆਪਣੇ ਤਜਰਬੇ ਦੇ ਹਿਸਾਬ ਨਾਲ ਜ਼ਿੰਦਗੀ ਦੇ ਸਬੰਧੀ ਲੋਕਾਂ ਨੂੰ ਇੱਕ ਸੁਨੇਹਾ ਲਾ ਦਿਓ ਮੈਂ ਬੇਨਤੀ ਕਰਦਾ ਹਾਂ ਲੋਕਾਂ ਨੂੰ ਵੇ ਜਿਹੜਾ ਨਸ਼ਾ ਨਸ਼ੇ ਤੋਂ ਬਚ ਕੇ ਰਹੋ ਨਸ਼ਾ ਨਾਏ ਤਾਂ ਸਰੀਰ ਨੂੰ ਬਰਬਾਦ ਕਰਦਾ ਹੈ ਨਾਲੇ ਘਰ ਨੂੰ ਬਰਬਾਦ ਕਰਦਾ ਹੈ ਮੁੜ ਕੇ ਫੇਰ ਤਦੇ ਖਦਕਸ਼ੀਆਂ ਕਰੀ ਜਾਂਦੇ ਆ ਕੰਟਰੋਲ ਹੁੰਦਾ ਨਹੀਂ ਸਰੀਰ ਨੇ ਨਸ਼ਾ ਜ਼ਿਆਦਾ ਹੋ ਜਾਂਦਾ ਤੇ ਘਰੋਂ ਪੈਸੇ ਨਹੀਂ ਮਿਲਦੇ ਫਿਰ ਖੁਦਕਸ਼ੀਆਂ ਕਰਨ ਲੱਪੈਂਦੇ ਐਦੋਂ ਵੇਤਰਾ ਵੀ ਆਪਦੇ ਸਰੀਰ ਨੂੰ ਕੰਟਰੋਲ ਕਰੋ ਨਸ਼ਾ ਤੋਂ ਬਚਾਈ ਰੱਖੋ ਸਾਦੀ ਖਰਾ ਖਾਓ ਬਹੁਤੀ ਨਹੀਂ ਤਗੜੀ ਖਾਦੀ ਜਾਂਦੀ ਤਾਂ ਤੇ ਇਹਨੂੰ ਤੋਰੋ ਫੇਰੋ ਜੇ ਇਹਨੇ ਬਹਿਣਾ ਤਾਂ ਵੱਲੋਂ ਮਲੀ ਆ ਤੇ ਤੋਰੋ ਫਿਰੋਗ ਨਹੀਂ ਬੈਠੂਗਾ ਸੋ ਐਸੀ ਬਾਬਾ ਜੀ ਨਾਲ ਗੱਲਬਾਤ ਆਸ ਕਰਦਾ ਹਾਂ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਔਰ ਕਾਫੀ ਕੁਝ ਸਾਨੂੰ ਸਿੱਖਣ ਨੂੰ ਮਿਲਿਆ ਹੋਵੇਗਾ ਕਿਉਂਕਿ ਸਾਡੇ ਬਜ਼ੁਰਗ ਨੇ ਔਰ ਇਹਨਾਂ ਦੇ ਕੋਲ ਤਜਰਬਾ ਸੀ ਜ਼ਿੰਦਗੀ ਦੇ ਵਿੱਚ ਤਜਰਬਾ ਸਭ ਤੋਂ ਵੱਡੀ ਗੱਲਬਾਤ ਹੁੰਦੀ ਆ ਮੋਗਾ ਤੋਂ ਗगन ਬੇਦੀ ਦੇ ਨਾਲ ਕੈਮਰਾਮੈਨ ਰਾਜਮੇਂਦਰ ਟੋਨੀ ਧੰਨਵਾਦ